चलिए शुरू करते हैं। हरगुणे बोल के हेलो गाइस केमे हो। हेलो गाइस कैसे हो आप? हम पेपर की तैयारी कर रहे पेपर का बनना ना। आप चल तेरे पेपर का सुनाइए हर कोने दस कि पेपर चलते हैं। तेरा पेपर कहना कलू मेरा टेस्ट चलते ने। हाँ तू दिखा की कह रहा वा की है? ये है मेरी डेट शीट तेरी डेट शीट दिखा केड़ी है तेरी पहला पेपर कदा लिखी है तू कि लिखी आप लिखी है तेरी नहीं सुनी लिखाई है नहीं अर्कना झूठ बोल रहे तू मेरी यही नहीं ये किसी दी ईवीएस का मतलब की है ईवीएस मतलब मंते के दी लिखाई है नो ये दी नहीं है कि ना मंते के तू हरकने झूठ बोलता है तेरी मम्मी थी होनी है नो आज या की खोली जन्ना तू की फोटो खोल ली ये कौन है ये कौन है मंदे के दस तू की बड़ा तेरा पढ़िया सुना लिया मंदे तो सुनते हैं ठीक है और कुने की सुनना तेरे को दिस इज नॉट डैश इजी एक्सरसाइज दस फिल इन द ब्लैंक्स कर जिदे हो आर्टिकल लाने ने चल प्लूरल दस मैन का की बनूगा मैन का मैना वूमैन का वूमैनस कितने वूमैन ना गल एस कितों लगती है चल वह होर सिटी का की बनूगा दस सिटी का शहर तेन पता नहीं सिटी मतलब की होंगे अपना सिटी कहड़ा नेड़े वाला दस अपन कहड़ा पैंता नहीं नहीं अपन सिटी कहड़ा पैंता ਤੈਨੂੰ ਪਤਾ ਨਹੀਂ ਸਿਟੀ ਦਾ ਸਿਟੀ ਆਪਾਂ ਤੈਨੂੰ ਪਤਾ ਨਹੀਂ ਆਪਣਾ ਕਿਹੜਾ ਸਿਟੀ ਪੈਂਦਾ ਵਾ ਆਪਾਂ ਤੈਨੂੰ ਪਤਾ ਨਹੀਂ ਕਿਹੜਾ ਸਿਟੀ ਨੇੜੇ ਪੈਂਦਾ ਆਪਾਂ ਨੂੰ ਸਿਟੀ ਨੇੜੇ ਆਪਣਾ ਕੋਈ ਸਿਟੀ ਨਹੀਂ ਹਰਗਨੇ ਬੋਲ ਸੁਬਾ ਪਨਵੇਲ ਵੀ ਨਿਕਲਣਾ ਵਾ ਤੁਮਾ ਕਿਹੜਾ ਸਿਟੀ ਪੈਂਦਾ ਆਪਾਂ ਨੂੰ ਸਿਟੀ ਨੇੜੇ ਹੂੰ ਆਪਾਂ ਨੂੰ ਨੇੜੇ ਪੈਂਦਾ ਜੀਰਕ ਨੇੜੇ ਆਪਾਂ ਨੂੰ ਐਂਦੇ ਘੜ ਪੈਂਦਾ ਮੰਡੀ ਹਾਂ ਮੰਥਲੀ ਟੈਸਟ ਨੋਟ ਬੁੱਕ ਤੂੰ ਵੀ ਪੜਨਾ ਕਾ ਚਲ ਹੋਰ ਤੇ ਤਾਂ ਹੋਰ ਨਾ ਇਹ ਤਾਂ ਹੋਰ ਸੁਣਦਾ ਚਲ ਹੋਰ ਸੁਣਾ ਦੇਖੋ ਮੇਰੀ ਤੇ ਮੰਥਲੀ ਟੈਸਟ ਨੋਟਬੁੱਕ ਦੇਖੋ ਹਰਗਣ ਦੀ ਮੰਤੇਗ ਦੀ ਨਵੀਂ ਕਿਤਾਬ ਵੈਲਕਮ ਇਨ ਵਾਇਰਸ ਵਾਇਰਸ ਨਹੀਂ ਹੈਗਾ ਵੇਰੀਅਸ ਵੇਜ ਆ ਕੀ ਆ ਵੇਰੀਅਸ ਵੇਜ ਪੰਜਾਬੀ ਜੀ ਆਈ ਐਨ ਚਲ ਪੜਾ ਪੜ 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 ਤਾਮਿਲ ਵੇਕਮ ਤਾਮਿਲ ਕਹਿੰਦੇ ਬੜਕਮ ਬੜਕਮ ਬਣਕਮ ਬਣਕ ਉਹ ਕਹਿੰਦੇ ਮਲਿਆਲਮ ਕੀ ਕਹਿੰਦੇ ਨਹੀਂ ਇਹਦਾ ਵੈਲਕਮ ਹੀ ਕਹਿੰਦੇ ਨੇ ਹਾਂ ਆ ਸਵਾਗਤਮ ਮਾਲਿਆਮ ਮਾਲਿਆ ਸਵਾ ਸਵਾਗਤਮ ਹਾਂ ਉਹ ਦੇਖੋ ਕੱਲ ਇੰਸਟਾਗ੍ਰਾਮ ਚਲਾਈ ਜਾਂਦਾ ਉਹਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਜਵਾਕ ਹੈ ਤੇਰੀ ਉਮਰ 150 ਸਾਲ ਆ ਤੂੰ ਇੰਸਟਾਗ੍ਰਾਮ ਤੇ ਆਈਡੀ ਬਣਾਈ ਫਿਰਦਾ ਐ ਇਸਕੇ ਪੀਛੇ ਦੇਖੇਗਾ ਇਸ ਕੀ ਬਣਾ ਰੋ ਜਾ ਹਾਂ ਰਾਜਸਥਾਨੀ ਇਹ ਕਹਿੰਦੇ ਨਹੀਂ ਕੌਣ ਰਾਜਸਥਾਨੀ ਇਹ ਤਾਂ ਪਾਣ ਕੰਮਾ ਖੰਮਾ ਖਣੀ ਖੰਮਾ ਖਣੀ ਹਾਂ ਚਲ ਅੱਗੇ ਹੁਣ ਗੁਜਰਾਤੀ ਅੱਗੇ ਕੱਢ ਹੁਣ ਤੂੰ ਲਿਖਿਆ ਤਾਂ ਨਹੀਂ ਕੁਛ ਚ ਅਰ ਨਵੀਂ ਨਵੀਂ ਲੱਗੀ ਹੈ ਨਾ ਲਿਖਾ ਦੇ ਕੋ ਮੈਂ ਇਹ ਸਮਝ ਆ ਰਹੀ ਹੈ ਕੁਛ ਉਹ ਦੇਖੋ ਜੀ ਹੁਣ ਸਾਹਮਣੇ ਆ ਦੇਖੋ ਬੰਦਾ ਇਹਦਾ ਸਾਹਮਣੇ ਬੈਠਾ ਹੈ YouTube ਚਲਾ ਰਿਹਾ ਆਪ ਦੇਖੋ ਜੀ ਆ ਤਾਂ ਮੋਦੀ ਬੜਾ ਹਾਂ ਮੋਦੀ ਸਾਹ ਬੀ ਵੋਕਲ ਫॉर ਲੋਕਲ ਮੋਦੀ ਸਾਹਿਬ ਨੇ ਗਾਇਸ ਹਾਂ ਇਹ ਆਪ ਕੋ ਦੋਨੋਂ ਨੂੰ ਕੁਛ ਸਮਝ ਆ ਰਿਹਾ ਹੈ ਹਾਪੀ ਜਿਹੜਾ ਪੇਪਰ ਉਹਦਾ ਸੁਣ ਚੱਲ ਸੁਣਾ ਫਿਰ ਮੁੰਡੇ ਦੇ ਸਾਹਮਣੇ ਬਹਿ ਕੇ ਸੋਣੇ ਤੋਂ ਜਿਹੜਾ ਨਹੀਂ ਆਊਗਾ ਇਹਨੂੰ ਕੁੱਟਾਂਗੇ ਫਿਰ ਆਪਾਂ ਇਹਨੂੰ ਸਜ਼ਾ ਮਿਲੂਗੀ ਉਹ ਫੋਨ ਰੱਖ ਦੇ ਮੰਮਾ ਇਹਨੂੰ ਪਤਾ ਨਹੀਂ ਕੀ ਆ ਆਹ ਬੰਦੇ ਨੂੰ ਹਾਂ ਮੁੜਿਆ ਛਿੱਟੀ ਜਾਂਦਾ ਹੇਟਾ ਇਹ ਬੰਦੇ ਨੂੰ ਇੰਸਟਾਗ੍ਰਾਮ ਚਲਾਉਣ ਦੀ ਪਈ ਆ 1.5 ਸਾਲ ਉਮਰ ਹੈ ਇਹਦੀ ਚੱਲ ਸੁਣਾ ਪਿਆਸਾ ਕਹੂਗਾ ਚੱਲ ਇਹ ਸੁਣਾ ਫਿਰ ਤੋਂ ਆ ਚੁੱਕੇ ਹਾਂ ਹਰਗੁਣ ਦਾ ਟੈਸਟ ਲੈਣ ਚੱਲ ਮੰਦੇ ਸੁਣਾ ਪੁੱਛੇ ਤੋਂ ਤੂੰ ਤੂੰ ਆਂਸਰ ਵੀ ਦੱਸੀ ਆ ਨਾ ਉਹਨੂੰ ਇਹੋ ਜਿਹਾ ਤੂੰ ਟੈਸਟ ਲਏਗਾ ਉੱਥੇ ਬੈਠ ਚੱਲ ਇੱਧਰ ਆਉਂਦਾ ਨਹੀਂ ਤੂੰ ਕੈਮਰੇ 'ਚ
और आप पूछो डैश करिए उल्ले पा किन्नी गर पूछना है कोई सांत हो दे डैश कर दे ले मैं पूछ लूं ले दे मैं खोल के दे मेनू जा ना ना उठी बैठ उठी बैठ उठी मैं पूछना माता पिता दा करिए डैश माता पिता दा करिए मां हाथ जोड़ तेनु डैश निभाइए ਵੱਡਿਆਂ ਦਾ ਕਰੀਏ ਵੱਡਿਆਂ ਦਾ ਕਰੀਏ ਹਾਂ ਆਹ ਤੈਨੂੰ ਉਹਦਾ ਪਿਆਸਾ ਕੂਗਾ ਮੰਦੇ ਕਿੱਧਰ ਬੈਠਾ ਮੰਦੇ ਆ ਜਾ ਇੱਧਰ ਇਹ ਨਹੀਂ ਹੈਗੀ ਹੁਣ ਕਹਾਣੀ ਪਤਾ ਕਿਵੇਂ ਆ ਵੀ ਇੱਕ ਵਾਰ ਇੱਕ ਕਾਂ ਸੀ ਉਹਨੂੰ ਬੜੀ ਪਿਆਸ ਲੱਗੀ ਠੀਕ ਆ ਉਹ ਸਾਹਮਣੇ ਭੀੜ ਗਿਆ ਸ਼ਹਿਰ ਦੇ ਵਿੱਚ GVR ਦੇ ਵਿੱਚ ਉੱਥੋਂ ਨੇ ਪੇਟੀਐਮ ਕੀਤਾ 20 ਰੁਪਏ ਦਾ ਠੰਡਾ ਲਿਆ ਅਤੇ ਪਿਆਸ ਬੁਝਾਈ ਆਪਦੀ ਅਤੇ ਉਹ ਗਿਆ ਹੁਣ ਨਹੀਂ ਕੰਕਰ ਇਕੱਠੇ ਕੀਤੇ ਉਹਨੇ ਹੁਣ ਉਹਦੇ ਕੋਲ 20 ਰੁਪਏ ਤੋਂ ਉਹਨੇ ਪੇਟੀਐਮ ਕਰਾ ਕੇ ਠੰਡਾ ਲੈ ਲਿਆ ਟਰੋਪੀਕਾਨਾ ਜੂਸ ਦੱਸ ਇਹਨੂੰ ਮਾੜਾ ਕਿਹੜਾ ਜ਼ਮਾਨਾ ਹੁਣ ਹੁਣ ਮਾਡਰਨ ਜ਼ਮਾਨਾ ਹੁਣ ਹਾਂ ਤੇ ਤੇਰੀ ਵੀਡੀਓ ਮੇਰੇ ਕੋਲ ਹੁਣ ਵੀ ਆ ਆਪਾਂ ਪਾਵਾਂਗੇ ਜੀ ਤੂੰ ਪਿਆਸਾ ਕੂ ਦੀ ਕਹਾਣੀ ਸੁਣਾਉਣਾ ਛੋਟਾ ਹੁੰਦਾ ਵੀ ਜਦ ਕੇ ਆਪ ਨਹੀਂ ਜਿੱਥੇ ਜਾਣ ਜੋ ਤੁਹਾਡੇ ਕੋਲ ਪੈਸੇ ਨੇ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਹੋ ਸੌਦਾ ਠੀਕ ਆ ਹਾਂ ਉਹਦੇ GVR ਜੋ ਠੰਡਾ ਲਿਆ ਅਤੇ ਉਹ ਗਿਆ ਉਹ ਸਾਹਮਣੇ ਉਹ ਕਾਕੂ ਵੀ ਪੜ੍ਹਨ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਹਾਂ ਪੈਸੇ ਹੋਣੇ ਚਾਹੀਦੇ ਨੇ ਬਸ ਜੇਬ 'ਚ ਪੈਸਾ ਹੀ ਪੈਸਾ ਹੋ ਗਿਆ ਚੱਲ ਬੋਲ ਕਹਿ ਚੈਨਲ ਸਬਸਕ੍ਰਾਈਬ ਕਰ ਦਿਓ ਆ ਕਹੂ ਆਪੇ ਕਾਕੂ ਕਹਿ ਕਰ ਨਾ ਨਾ ਕਹਿ ਚੈਨਲ ਸਬਸਕ੍ਰਾਈਬ ਕਰੋ ਪਹਿਲਾਂ ਕਹਿ ਹਾਂ ਕਿਆ ਪਾਰਟੀ ਕਰਾਂ ਜਿਹੜਾ ਜਿਹਦਾ ਅਖੀਰ ਆ ਸਬਸਕ੍ਰਾਈਬ ਉਹ 10,000 ਵਾਲਾ ਕੇਕ ਕੱਟਾਂਗੇ ਉਹਨੂੰ ਪਾਰਟੀ ਕਰਾਂਗੇ ਠੀਕ ਆ ਉਹ ਕਾਕੂ ਗੁੱਸੇ ਹੋ ਕੇ ਚਲਾ ਗਿਆ ਉਹਨੂੰ ਫੋਨ ਨਹੀਂ ਦਿੱਤਾ ਅਸੀਂ ਤੁਸੀਂ ਦੇਖ ਸਕਦੇ ਹੋ ਗੁੱਸਾ ਇਹਦੀ ਨੱਕ 'ਤੇ ਰਹਿੰਦਾ ਪੜ੍ਹਨ ਇਸ ਲਈ ਹਰਗੁਣ ਦੇ ਅਸੀਂ ਬਲੌਗ ਬਣਾਉਣੇ ਨਹੀਂ ਹਰਗੁਣ ਫਸਟ ਆਈ ਸੀ ਅਤੇ ਮਨਤੇਗ ਆਇਆ ਸੀ 8ਵੇਂ ਨੰਬਰ 'ਤੇ 10 ਤਾਂ ਜਾਣੇ ਸੀ ਗੁਲਗੁਲਾ 'ਚ ਹਾਂ ਤੂੰ ਫਸਟ ਆਈ ਸੀ ਨਾ ਤੂੰ ਪੜ੍ਹਾਈ ਕਰ ਤੂੰ ਫਿਰ ਫਸਟ ਆਏਂਗੇ ਤੋ ਗਾਏ ਤੁਸੀਂ ਸਾਡੇ ਨਾਲ ਜੁੜੇ ਰਹੋ ਕੱਲ੍ਹ ਦਾ ਬਲੌਗ ਲੈ ਕੇ ਆਵੇ ਕੱਲ੍ਹ ਨੂੰ ਅੱਜ ਦੇ ਬਲੌਗ 'ਚ ਹਾਂ ਮੁਸਕਰਾਤੇ ਰਹੀਏ ਔਰ ਦੇਖਦੇ ਰਹੀਏ ਇਹ ਬੰਦਾ ਘੱਟ ਪੜ੍ਹਿਆ ਲਿਖਿਆ ਇਹਨੂੰ ਹੁਣ ਹਰਗੁਣ ਜੇਠਾ ਲਾਲ ਵੀ ਦੇਖਦੀ ਹੈ ਨਾ ਹਰਗੁਣ ਕਹਿੰਦੇ ਨੇ ਦੇਖਣਾ ਹਫ਼ਤਾ ਨਹੀਂ ਜੇਠਾ ਲਾਲ ਦੇਖਣਾ ਹੁਣ ਤੂੰ ਹਾਂ ਹੁਣ ਕਹਿ ਹਰਗੁਣੇ ਉਹੀ ਹੱਸਦੇ ਰਹੀ ਮੁਸਕਰਾਤੇ ਰਹੀਏ ਹਮਾਰਾ ਸੁਖ ਸ਼ਰ ਬਲੌਗ ਔਰ ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਭੂਕੰਪ ਲੈ ਕੇ ਆਓ ਜਾਂ ਫਿਰ ਭੂਚਾਲ ਮੁਝੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ